ਪੰਜਾਬੀ ਡਾਕ ਟੀਵੀ ਤੇ ਤੁਹਾਡਾ ਮੈਂ ਗੁਰਜਿੰਦਰ ਸਿੰਘ ਪੰਗੂ ਸਵਾਗਤ ਕਰਦਾ। ਦਰਸ਼ਕੋ, ਅੱਜ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਦੀਪ ਸਿੱਧੂ ਨੂੰ ਦੂਜੇ ਕੇਸ ਦੇ ਵਿੱਚੋਂ ਵੀ ਜ਼ਮਾਨਤ ਮਿਲ ਚੁੱਕੀ ਹੈ। ਜੀ ਹਾਂ, ਦੀਪ ਸਿੱਧੂ ਨੂੰ ਦੂਜੇ ਕੇਸ ਵਿੱਚੋਂ ਵੀ ਜ਼ਮਾਨਤ ਮਿਲ ਚੁੱਕੀ ਹੈ। ਹਾਲਾਂਕਿ ਦੀਪ ਸਿੱਧੂ ਦਾ ਜੋ ਪਹਿਲਾ ਕੇਸ ਸੀ, ਜਦੋਂ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਕੇਸ ਦੇ ਵਿੱਚੋਂ ਜਦੋਂ ਦੀਪ ਸਿੱਧੂ ਦੀ ਜ਼ਮਾਨਤ ਹੋਈ, ਉਦੋਂ ਆਸ ਸੀ ਕਿ ਦੀਪ ਸਿੱਧੂ ਤਿਹਾੜ ਜੇਲ੍ਹ ਤੋਂ ਬਾਹਰ ਆ ਜਾਣਗੇ। ਪਰ ਲਗਾਤਾਰ ਦਿੱਲੀ ਪੁਲਿਸ ਵੱਲੋਂ ਇੱਕ ਹੋਰ ਕੇਸ ਪਾ ਕੇ ਦੀਪ ਸਿੱਧੂ ਅਤੇ ਦੀਪ ਸਿੱਧੂ ਅਰੈਸਟ ਪਾ ਦਿੱਤੀ ਗਈ ਸੀ, ਯਾਨੀ ਕਿ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸ ਕੇਸ ਦੇ ਵਿੱਚ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਕੇਸ ਦੇ ਵਿੱਚ ਦੀਪ ਸਿੱਧੂ ਨੂੰ ਅੱਜ ਫੇਰ ਜ਼ਮਾਨਤ ਮਿਲ ਗਈ ਹੈ। ਹਾਲਾਂਕਿ ਇੱਕ ਟੈਸਟ ਦੀਪ ਸਿੱਧੂ ਦਾ ਬਾਕੀ ਹੈ, ਜਿਹਦੇ 'ਚ ਕਿਹਾ ਜਾ ਰਿਹਾ ਸੀ ਕਿ ਕੋਰਟ ਵੱਲੋਂ ਹੁਕਮ ਸੀ ਦੀਪ ਸਿੱਧੂ ਦੀ ਆਵਾਜ਼ ਮੈਚ ਕਰਕੇ ਦੇਖੀ ਜਾਊਗੀ, ਵੋਇਸ ਟੈਸਟ ਹੋਊਗਾ ਉਹਨਾਂ ਦਾ। ਇਹਨੂੰ ਲੈ ਕੇ ਹੁਣ ਫੇਰ ਦੀਪ ਸਿੱਧੂ ਦੀ ਕਿਆ ਸਰਾਈਆਂ ਬਣ ਗਈ ਨੇ ਕਿ ਦੀਪ ਸਿੱਧੂ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ। ਜ਼ਿਕਰ ਹੋ ਗਿਆ ਕਿ 26 ਜਨਵਰੀ 'ਤੇ ਜੋ ਲਾਲ ਕਿਲ੍ਹੇ ਦੀ ਹਿੰਸਕ ਘਟਨਾ ਵਾਪਰੀ ਸੀ, ਉਸ ਘਟਨਾ ਦੇ ਵਿੱਚ ਦਿੱਲੀ ਪੁਲਿਸ ਵੱਲੋਂ ਦੀਪ ਸਿੱਧੂ ਨੂੰ ਮੁੱਖ ਦੋਸ਼ੀ ਵਜੋਂ ਦੇਖਿਆ ਜਾ ਰਿਹਾ ਸੀ। ਉਸ ਤੋਂ ਬਾਅਦ ਦੀਪ ਸਿੱਧੂ ਦੀ ਗ੍ਰਿਫਤਾਰੀ ਹੁੰਦੀ ਹੈ, ਦੀਪ ਸਿੱਧੂ ਦੇ ਕੇਸ ਚੱਲਦਾ ਅਤੇ ਉਸ ਕੇਸ ਵਿੱਚੋਂ ਦੀਪ ਸਿੱਧੂ ਨੂੰ 2-2.5 ਮਹੀਨੇ ਬਾਅਦ ਜ਼ਮਾਨਤ ਮਿਲ ਜਾਂਦੀ ਹੈ। ਜਦੋਂ ਇਹ ਆਸ ਵੱਧ ਜਾਂਦੀ ਹੈ ਕਿ ਦੀਪ ਸਿੱਧੂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਦੀਪ ਸਿੱਧੂ ਜੇਲ੍ਹ ਤੋਂ ਬਾਹਰ ਆਉਣਗੇ, ਉਦੋਂ ਹੀ ਦਿੱਲੀ ਪੁਲਿਸ ਵੱਲੋਂ ਇੱਕ ਹੋਰ ਕੇਸ ਪਾ ਕੇ ਦੀਪ ਸਿੱਧੂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ ਦੀਪ ਸਿੱਧੂ ਦੇ ਕੇਸ ਦੀ ਉਹ ਪੈਰਵਾਈ ਸ਼ੁਰੂ ਹੋ ਜਾਂਦੀ ਹੈ। ਅਤੇ ਉਸ ਕੇਸ ਦੀ ਜਿਸ ਕੇਸ ਸੀ ਕੇਸ ਦੀ ਪੈਰਵਾਈ ਸ਼ੁਰੂ ਹੋਈ ਸੀ, ਉਸ ਕੇਸ ਵਿੱਚੋਂ ਵੀ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਇਸ ਦਾ ਫਿਰ ਦੂਜਾ ਐਪੀਸੋਡ ਉਦੋਂ ਸ਼ੁਰੂ ਹੋਊਗਾ ਕਿ ਦੀਪ ਸਿੱਧੂ ਜੇਲ੍ਹ ਤੋਂ ਬਾਹਰ ਆਉਣਗੇ, ਜੇਕਰ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਦੀਪ ਸਿੱਧੂ ਦੀ ਅਗਲੀ ਕਾਰਵਾਈ ਕੀ ਹੋਊਗੀ, ਕੀ ਦੀਪ ਸਿੱਧੂ ਕੋਈ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਬੈਠਣਗੇ, ਜਾਂ ਉਹਨਾਂ ਤੋਂ ਕਿਸਾਨ ਜਥੇਬੰਦੀਆਂ ਤੋਂ ਸੰਯੁਕਤ ਕਿਸਾਨ ਮੋਰਚੇ ਤੋਂ ਦੀਪ ਸਿੱਧੂ ਕੋਈ ਅਲੱਗ ਪ੍ਰੋਗਰਾਮ ਦੇਣਗੇ। ਇਹ ਤਾਂ ਖੈਰ ਸਮੇਂ ਦੇ ਗਰਭ ਦੇ ਵਿੱਚ ਪਿਆ, ਪਰ ਅੱਜ ਜੋ ਦੀਪ ਸਿੱਧੂ ਦੇ ਚਾਹੁਣ ਵਾਲਿਆਂ ਦੇ ਵਿੱਚ ਜੋ ਖੁਸ਼ੀ ਦੀ ਲਹਿਰ ਹੈ, ਉਹ ਹੈ ਕਿ ਦੀਪ ਸਿੱਧੂ ਨੂੰ ਦੂਜੇ ਕੇਸ ਵਿੱਚ ਜ਼ਮਾਨਤ ਮਿਲ ਚੁੱਕੀ ਹੈ। ਉਹਨਾਂ ਦੀ ਕਿਆ ਸਰਾਈਆਂ, ਉਹਨਾਂ ਦੀ ਆਸ, ਉਹਨਾਂ ਦੀ ਅੱਖ ਇਸ ਗੱਲ ਦੇ ਉੱਤੇ ਟਿਕੀ ਹੋਈ ਹੈ ਕਿ ਦੀਪ ਸਿੱਧੂ ਦੀ ਜ਼ਮਾਨਤ ਤੋਂ ਬਾਅਦ ਦੀਪ ਸਿੱਧੂ ਜੇਲ੍ਹ ਤੋਂ ਬਾਹਰ ਆਉਣਗੇ। ਲਗਾਤਾਰ ਇਹ ਜੋ ਮਾਮਲਾ ਸੀ ਦਿੱਲੀ ਪੁਲਿਸ ਦੇ ਅੰਡਰ, ਇਹ ਮਾਮਲਾ ਸੀ ਜਿਹਦੇ ਦਿੱਲੀ ਕੋਰਟ ਦੇ ਵਿੱਚ ਜਿਸ ਕੇਸ ਦੀ ਸੁਣਵਾਈ ਚੱਲ ਰਹੀ ਸੀ, ਉਸ ਤੋਂ ਬਾਅਦ ਜੇ ਦੀਪ ਸਿੱਧੂ ਨੂੰ ਪੰਜਾਬ ਨਾਲ ਜੋੜ ਕੇ ਦੇਖਦੇ ਹਾਂ, ਪੰਜਾਬ ਦੀ ਕਿਸਾਨੀ ਨਾਲ ਜੋੜ ਕੇ ਦੇਖਦੇ ਹਾਂ, ਤਾਂ ਹੁਣ ਸਭ ਦੀਆਂ ਨਿਗਾਹਾਂ ਬਣੀਆਂ ਹੋਈਆਂ ਨੇ ਕਿ ਦੀਪ ਸਿੱਧੂ ਦਾ ਅਗਲਾ ਸਟੈਪ ਕੀ ਹੋਊਗਾ। ਕੀ ਦੀਪ ਸਿੱਧੂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਚੱਲਣਗੇ, ਕੀ ਦੀਪ ਸਿੱਧੂ ਕਿਸਾਨੀ ਪ੍ਰੋਗਰਾਮਾਂ ਲੈ ਕੇ ਪੰਜਾਬ ਦੀ ਜਨਤਾ ਨੂੰ ਕੋਈ ਨਵਾਂ ਪ੍ਰੋਗਰਾਮ ਦੇਣਗੇ, ਇਹ ਆਉਣ ਵਾਲਾ ਹੀ ਸਮਾਂ ਹੀ ਦੱਸੇਗਾ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ 'ਤੇ। ਕੈਮਰਾਮੈਨ ਜਤਿੰਦਰ ਜੀਤੂ ਦੇ ਨਾਲ ਮੈਂ ਗੁਰਜਿੰਦਰ ਸਿੰਘ ਪੰਗੂ, ਪਟਿਆਲਾ।